ਲਾਈਟ ਐਂਡ ਸਾਊਂਡ ਪ੍ਰੋਗਰਾਮ ਜੋ ਇਸ ਤਰ੍ਹਾਂ ਦਾ ਸੀ, ਇਸ ਤੋਂ ਵੀ ਵੱਡੇ ਪੈਮਾਨੇ 'ਤੇ ਸੀ। ਸੁਲਤਾਨਪੁਰ ਲੋਧੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਸੰਗਤ ਨੂੰ ਗੁਰੂ ਸਾਹਿਬ 'ਤੇ ਲੜ ਲਾਉਣ ਵਾਸਤੇ ਉਹਨਾਂ ਦੀ ਬਾਣੀ ਦੇ ਨਾਲ ਲਾਉਣ ਵਾਸਤੇ ਉੱਥੇ ਵੀ ਇਸ ਦਾ ਪ੍ਰਬੰਧ ਕੀਤਾ ਸੀ। ਪਹਿਲਾਂ ਵੀ ਮੈਨੂੰ ਇਹਦਾ ਬਿਆਸ ਉਦਘਾਟਨ ਕਰਨ ਦਾ ਮੌਕਾ ਮਿਲਿਆ, ਅੱਜ ਫਿਰ ਸਾਹ ਹਰਿਮੰਦਰ ਸਿੰਘ ਗਿੱਲ ਹੋਣਾ ਦੇ ਨਾਲ ਇੱਥੇ ਅੱਜ ਗਗੜਿਆਲ ਆਇਆ। ਮਨ ਆਨੰਦਮਈ ਹੋ ਗਿਆ, ਇੱਕ ਰੱਬੀ ਜਿਹੜਾ ਬਾਣੀ ਦਾ ਲਾਹੀ ਬਾਣੀ ਦਾ ਜਿਹੜਾ ਇਹ ਲਗਾਤਾਰ ਵਹਾਅ ਹੁੰਦਾ ਹੈ, ਮਨ ਨੂੰ ਇੱਕ ਤਰ੍ਹਾਂ ਸ਼ਾਂਤੀ ਬਿਲਕੁਲ ਮਿਲਦੀ ਹੈ ਅਤੇ ਗੁਰੂ ਸਾਹਿਬ ਦੀਆਂ ਸਿੱਖਿਆ ਅਤੇ ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਸੋ ਮੈਂ ਇੱਕ ਵਾਰ ਫਿਰ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੇ 550ਵੇਂ ਇਸ ਪੁਰਬ ਦੇ ਉੱਤੇ ਜਿਹੜਾ ਵਾ ਸਾਰੀ ਸੰਗਤ ਨੂੰ ਵਧਾਈ ਦਿੰਦਾ ਅਤੇ ਇਸ ਵਧੀਆ ਪ੍ਰੋਗਰਾਮ ਦੇ ਕੈਪਟਨ ਸਾਹਿਬ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਸੇਵਾ ਗੁਰੂ ਨਾਨਕ ਸਾਹਿਬ ਦੀ ਆਪ ਕੀਤੀ ਹੈ ਅਤੇ ਉਹਨਾਂ ਦੀ ਜਿਹੜੀ ਇਹ 550ਵਾਂ ਪ੍ਰਕਾਸ਼ ਪੁਰਬ ਹੈ ਉਸ ਨੂੰ ਇੱਕ ਬਹੁਤ ਵਧੀਆ ਪ੍ਰਬੰਧ ਕਰਕੇ ਜਿਹੜਾ ਸੰਗਤਾਂ ਨੂੰ ਆਨੰਦਿਤ ਕੀਤਾ ਹੈ, ਮੈਂ ਉਹਨਾਂ ਦਾ ਵੀ ਇਸ ਗੱਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਸਮਝਦਾ ਕਿ ਜਿਹੜੇ ਸਾਡੇ ਸਿੱਖ ਸੰਗਤ ਸੁਲਤਾਨਪੁਰ ਲੋਧੀ ਨਹੀਂ ਜਾ ਸਕੀ, ਕਰਤਾਰਪੁਰ ਸਾਹਿਬ ਨਹੀਂ ਜਾ ਸਕੀ, ਉਹ ਕੈਪਟਨ ਸਾਹਿਬ ਨੇ ਇੱਕ ਬਹੁਤ ਵੱਡਾ ਉੱਦਮ ਕਰਕੇ ਇਸ ਦਰਿਆ ਦੇ ਕੰਢੇ 'ਤੇ ਅੱਜ ਜੰਗਲ ਵਿੱਚ ਮੰਗਲ ਲਾਇਆ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦੇ ਜੀਵਨ 'ਤੇ ਇਤਿਹਾਸ ਲੋਕਾਂ ਦੀ ਮਰਵਾਈ ਹੈ ਔਰ ਹਜ਼ਾਰਾਂ ਹੀ ਲੋਕਾਂ ਨੇ ਉਸ ਜਗ੍ਹਾ 'ਤੇ ਜਿੱਥੇ ਕੋਈ ਸ਼ਾਮ ਨੂੰ ਆਉਣ ਨੂੰ ਤਿਆਰ ਨਹੀਂ ਉੱਥੇ ਰਾਤ ਵੇਲੇ ਅੱਜ ਇੱਥੇ ਜੰਗਲ ਵਿੱਚ ਮੰਗਲ ਲਾਇਆ। ਬਹੁਤ ਵੱਡੀ ਗੱਲ ਹੈ, ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜੋੜਨਾ ਹੀ ਬਹੁਤ ਵੱਡੀ ਸੇਵਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੀ ਸੇਵਾ ਲਈ ਹੈ। ਮੈਂ ਸਮਝਦਾ ਕਿ 550 ਸਾਲਾਂ ਦੇ ਜਿੰਨੇ ਵੱਡੇ ਉੱਦਮ ਕੀਤੇ ਨੇ ਉਹਨਾਂ ਨੇ ਔਰ ਦੁਨੀਆ ਭਰ ਵਿੱਚ ਵਸਣ ਵਾਲੇ ਸਿੱਖਾਂ ਨੇ ਪ੍ਰਸ਼ੰਸਾ ਕੀਤੀ ਹੈ ਕਿ ਜਿਹੜੇ ਪ੍ਰਬੰਧ ਸੁਲਤਾਨਪੁਰ ਲੋਧੀ ਕੀਤੇ ਨੇ ਔਰ ਜਿਨ੍ਹਾਂ ਪ੍ਰਬੰਧਾਂ ਵਾਸਤੇ ਦੇਖ ਰੇਖ ਕਰਨ ਵਾਸਤੇ ਡਿੰਪਾ ਜੀ ਦੀ ਡਿਊਟੀ ਲਾਈ ਸੀ ਔਰ ਸੰਗਤ ਬੜੀ ਖੁਸ਼ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਪੂਰੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਆਣ ਕੇ ਸਾਰੀ ਇਸ ਪ੍ਰੋਗਰਾਮ ਨੂੰ ਦੇਖਿਆ ਔਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਵਧੀਆ ਲਾਮਸਾਲ ਪ੍ਰਬੰਧ ਕੀਤੇ।